ਇਹ ਤਸਵੀਰ ਜੋ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ, ਇਹ ਹੈ ਰੂਬੀ ਗਰਗ ਦੀ, ਜਿਸ ਦਾ ਕਿ 2 ਸਾਲ ਪਹਿਲਾਂ ਬਠਿੰਡਾ ਦੀ ਨਵੀਂ ਬਸਤੀ 'ਚ ਰਹਿਣ ਵਾਲੇ ਪੁਨੀਤ ਗਰਗ ਨਾਲ ਵਿਆਹ ਹੋਇਆ ਸੀ ਤੇ ਬੁੱਧਵਾਰ ਨੂੰ ਵਿਆਹ ਦੀ ਦੂਜੇ ਵਰੇਗੰਢ ਮੌਕੇ ਹੀ ਉਸਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਪਰ ਲੜਕੀ ਦੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਕਤਲ ਕਰਨ ਦਾ ਸ਼ੱਕ ਜਤਾਇਆ। ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਵਿਆਹ ਮਗਰੋਂ ਮੁੰਡਾ ਕੁੜੀ ਨੂੰ ਤੰਗ ਪਰੇਸ਼ਾਨ ਕਰਨ ਲੱਗਾ। ਸਹੁਰਾ ਪਰਿਵਾਰ ਵੀ ਦਾਜ ਦੀ ਮੰਗ ਕਰਦਾ ਸੀ, ਕਈ ਵਾਰ ਲੜਕੀ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ। ਮ੍ਰਿਤਕਾ ਦਾ 1 ਸਾਲ ਦਾ ਬੱਚਾ ਵੀ ਹੈ, ਇਸ ਲਈ ਪਰਿਵਾਰ ਵਾਲਿਆਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਰਾਜੂ ਗਰਗ ਜੀ, ਜੀ ਸਾਡੇ ਕੋਲ ਕੱਲ੍ਹ ਫੋਨ ਆਇਆ ਜੀ, ਲੜਕੀ ਦਾ ਪੁਨੀਤ ਜੀ ਹੈ ਜੀ, ਪੁਨੀਤ ਗਰਗ ਦਾ ਜੀ, ਕਹਿੰਦਾ ਵੀ ਤੁਸੀਂ ਆਪਦੀ ਲੜਕੀ ਨੂੰ ਆ ਕੇ ਲੈ ਜਾਓ ਅਤੇ ਨਹੀਂ ਅਸੀਂ ਮਾਰ ਦਾਂਗੇ ਲੜਕੀ ਨੂੰ। ਅਸੀਂ ਆਖਿਆ ਚਲੋ ਕੋਈ ਗੱਲ ਨਹੀਂ ਜੀ, ਆ ਕੇ ਲੈ ਜਾਂਗੇ ਅਸੀਂ। ਫਿਰ ਉਹਨਾਂ ਦਾ ਸ਼ਾਮੀ ਫੋਨ ਆਉਂਦਾ ਜੀ, ਕਹਿੰਦਾ ਜੀ ਨਾ, ਉਹ ਕਹਿੰਦਾ ਸਰ ਗਿਆ ਜੀ, ਇਹ ਦੁਆ ਸਾਡੇ ਕੋਲ ਕੋਈ ਫੋਨ ਨਹੀਂ ਆਇਆ। ਪਹਿਲਾਂ ਸਾਡੇ ਕੋਲ ਫੋਨ ਆਉਂਦੇ ਰਹਿੰਦੇ ਸੀਗੇ ਜੀ, ਦਾਜ ਵਗੈਰਾ ਵਾਸਤੇ ਵੀ ਸਾਨੂੰ ਰੁਪਈਏ ਚਾਹੀਦੇ ਜੀ, ਕਦੇ ਕੋਈ ਚੀਜ਼ ਆਈਟਮ ਭੇਜਦੇ ਸੀ ਉਹ ਪਸੰਦ ਨਹੀਂ ਆਉਂਦੀ ਸੀ ਜੀ ਇਹਨਾਂ ਦੀ, ਕਦੇ ਕੁਛ ਡਿਮਾਂਡ ਕਰਦੇ ਸੀ ਕਦੇ ਕੋਈ ਡਿਮਾਂਡ ਕਰਦੇ ਸੀਗੇ ਜੀ। 15 ਕੁ ਦਿਨ ਹੋ ਗਏ ਜਾ ਕੇ ਵੀ ਆਏ, ਉਹਦੇ ਇਹਨਾਂ ਨੇ ਲੜਕੀ ਕੁੱਟੀ ਹੈ ਜੀ, ਗੱਲਾਂ ਗੁੱਲਾਂ ਸੁੱਜੀਆਂ ਪਈਆਂ ਸੀਗੀਆਂ ਜੀ, ਉਹਦੀ ਬਹੁਤ ਜ਼ਿਆਦਾ ਕੁੱਟੀ ਹੈ ਲੜਕੀ। ਬਸ ਸਾਡੇ ਕੋਲ ਕੱਲ੍ਹ ਫੋਨ ਆਇਆ ਜੀ ਲਾਸਟ, ਉਹ ਦੁਆ ਸਾਡੇ ਕੋਲ ਸੁਬਹ ਫੋਨ ਆਇਆ ਜੀ ਵੀ ਕੁੜੀ ਦੀ ਡੈਥ ਹੋ ਗਈ। ਕਾਰਨ ਤਾਂ ਜੀ ਰੁਪਈਆਂ ਦੀ ਡਿਮਾਂਡ ਕਰਦੇ ਸੀਗੇ ਜੀ, ਉਹ ਕੋਈ ਵੀ ਸਮਾਨ ਭੇਜਦੇ ਸੀਗੇ ਜੀ ਪਸੰਦ ਨਹੀਂ ਆਉਂਦਾ ਸੀ, ਉਹ ਹਜੇ ਕੋਈ ਪਤਾ ਨਹੀਂ ਜੀ, ਬਸ ਇਨਸਾਫ਼ ਮਿਲਣਾ ਚਾਹੀਦਾ ਜੀ। ਦੂਜੇ ਪਾਸੇ ਪੁਲਿਸ ਮੁਤਾਬਕ ਲੜਕੀ ਨੇ ਫਾਹਾ ਲਿਆ, ਪਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਅਗਲੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ। ਸਾਨੂੰ ਇੱਕ ਇਨਫੋਰਮੇਸ਼ਨ ਗਈ ਸੀਗੀ ਇੱਥੋਂ ਹਸਪਤਾਲ ਦੇ ਵਿੱਚੋਂ, ਇੱਕ ਲੇਡੀ ਰੂਬੀ ਦੀ ਹੈ, ਵਾਈਫ ਆਫ ਪੰਡਿਤ ਹੈ ਜਿਹੜਾ ਨਵੀਂ ਬਸਤੀ ਰਹਿਣ ਵਾਲੀ ਹੈ ਬਠਿੰਡੇ ਦੀ, ਉਹਦੀ ਡੈੱਡ ਬੋਡੀ ਸਿਵਲ ਹਸਪਤਾਲ 'ਚ ਹੋਈ ਹੈ। ਇੱਥੇ ਆਏ ਹਾਂ ਅਸੀਂ, ਉਹਦੀ ਮੈਂ ਡੈੱਡ ਬੋਡੀ ਦੇਖੀ ਹੈ, ਉਹਦੇ ਪੇਰੈਂਟਸ ਨੂੰ ਬੁਲਾਇਆ ਹੋਇਆ, ਜੋ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਮੌਤ ਜਿਹੜਾ ਮੈਂ ਡਾਕਟਰ ਸਾਹਿਬ ਨੂੰ ਨਾਲ ਲੈ ਗਿਆ ਸੀ, ਹੈਂਗਿੰਗ ਹੈਗੀ, ਬਾਕੀ ਸਾਰਾ ਕਲੀਅਰ ਪੋਸਟਮਾਰਟਮ ਤੋਂ ਹੋਊਗਾ। ਹੁਣ ਸੱਚਾਈ ਕੀ ਹੈ ਇਹ ਤਾਂ ਮੁਕੰਮਲ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। ਬਠਿੰਡਾ ਤੋਂ ਧਰਮਚੰਦਰ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।